कोरोना के संबंध में एसडीएम जीरा से हुई बातचीत जी हाँ अगली खबर है पंजाब के जिला फिरोजपुर के थाना जीरा से जहां बढ़ते कोरोना वायरस के मद्देनज़र दुकानदारों और राहगीरों को क्या छूट दी गई है यह जानकारी एसडीएम ने दी देखे पंजाब से गुलाब सिंह वरोला की यह रिपोर्ट जिम्मे कोरोना वायरस चल रहा है असं उन जनता की संदेश देना चाहते हैं जी सर तुम जिम्मे कोरोना वायरस चल रहा है जिम्मे दुकाना बंद ने तकरीबन जो बाज़ार बंद होने ਲੋਕ ਫਿਰ ਵੀ ਆਵਾਜ਼ਾਈ ਚੱਲ ਰਹੀ ਹੈ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਰੋਨਾ ਮਹਾਮਾਰੀ ਦਾ ਸੈਕੰਡ ਵੇਰੀਐਂਟ ਜਿਹੜਾ ਹੈ ਉਹ ਚੱਲ ਰਿਹਾ ਹੈ ਔਰ ਇਸ ਨੇ ਸਾਡੀ ਜਨ ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਸਰਕਾਰ ਦੀ ਕੋਸ਼ਿਸ਼ ਹੈ ਕਿ ਸਾਡੇ ਜਿਹੜਾ ਇਸ ਮਹਾਮਾਰੀ ਦੇ ਵਿੱਚ ਜਿਹੜਾ ਉਹ ਘੱਟ ਤੋਂ ਘੱਟ ਜਾਨਾਂ ਦਾ ਨੁਕਸਾਨ ਹੋਵੇ ਇਸ ਲਈ ਹਰੇਕ ਨੂੰ ਜਿਹੜੀ ਆ ਉਹ ਪ੍ਰਿਕਾਸ਼ਨ ਜਿਹੜੇ ਆ ਉਹ ਵਰਤਨੇ ਚਾਹੀਦੇ ਆ ਕਿ ਅਸੀਂ ਆਪਣੇ ਮੂੰਹ ਤੇ ਮਾਸਕ ਲਾ ਕੇ ਰੱਖੀਏ ਔਰ ਇੱਕ ਦੂਸਰੇ ਤੋਂ ਜਿਹੜਾ ਡਿਸਟੈਂਸ ਬਣਾ ਕੇ ਰੱਖੀਏ ਜੇਕਰ বাস ਗੱਡੀ 'ਚ ਸਫਰ ਕਰਨਾ ਪੈਂਦਾ ਤਾਂ ਮਾਸਕ ਨੂੰ ਉਤਾਰਿਆ ਨਾ ਜਾਵੇ ਔਰ ਆਪਣੀ ਵਹੀਕਲ ਦੇ ਵਿੱਚ ਚਾਰ ਪਹੀਆ ਜੇ ਹੈ ਤਾਂ ਉਹਦੇ ਵਿੱਚ ਦੋ ਵਿਅਕਤੀ ਜੇਕਰ ਮੋਟਰਸਾਈਕਲ ਤੇ ਜਾ ਰਹੇ ਤੇ ਇਕੱਲਾ ਵਿਅਕਤੀ ਜਿਹੜਾ ਉਹ ਸਫਰ ਕਰੇ ਤਾਂ ਜੋ ਇੱਕ ਦੂਸਰੇ ਦੇ ਕਨੈਕਟ ਦੇ ਵਿੱਚ ਨਾ ਆਵੇ ਔਰ ਇਸ ਤੋਂ ਇਲਾਵਾ ਬਾਜ਼ਾਰ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਭੀੜ ਭੜਕਾ ਘੱਟ ਰਵੇ ਤਾਂ ਕੁਝ ਜੜੀਆਂ ਛੋਣੀਆਂ ਦੁਕਾਨਾਂ ਨੇ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਜਿਵੇਂ ਫਰੂਟ ਆ ਵੈਜੀਟੇਬਲ ਆ ਔਰ ਇਸ ਕਰਕੇ ਦਿੱਤੀ ਗਈ ਹੈ ਕਿ ਤਾਂ ਜੋ ਲੋਕਾਂ ਨੂੰ ਜੜੀਆਂ ਰੋਜ਼ਾਨਾ ਦੀਆਂ ਲੋੜਿੰਦੀਆਂ ਵਸਤਾਂ ਨੇ ਉਹ ਨਿਰਵਿਘਨ ਸਪਲਾਈ ਜਿਹੜੀ ਆ ਉਹ ਚੱਲਦੀ ਰਹੇ ਗਰੋਸਰੀ ਦਾ ਵੀ ਇਸੇ ਤਰ੍ਹਾਂ ਹੀ ਆ ਹੁਣ ਜਿਹੜਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਐਗਰੀਕਲਚਰ ਨਾਲ ਸੰਬੰਧਿਤ ਸ਼ਾਪਸ ਹੈਗੀਆਂ ਸੀਡਸ ਦਿੰਦੀਆਂ ਫਰਟੀਲਾਈਜ਼ਰ ਦੀਆਂ ਔਰ ਇਨਸੈਕਟੀਸਾਈਡ ਬੀਟੀਸਾਈਡ ਜਿਹੜੀਆਂ ਉਹ ਵੇਚਦੇ ਨੇ ਉਹਨਾਂ ਨੂੰ ਵੀ ਛੋੜ ਦਿੱਤੀ ਐ ਐਗਰੀਕਲਚਰ ਮਸ਼ੀਨਰੀ ਨੂੰ ਵੀ ਛੋੜ ਦਿੱਤੀ ਆ ਔਰ ਇਸੇ ਤਰ੍ਹਾਂ ਜਿਹੜੇ ਇੰਡਸਟਰੀਅਲ ਮਟੀਰੀਅਲ ਆ ਹਾਰਡਵੇਅਰ ਆਈਟਮਸ ਆ ਉਹਨਾਂ ਨੂੰ ਵੀ ਇਤੋਂ ਛੋੜ ਦਿੱਤੀ ਗਈ ਆ ਸਾਨੂੰ ਜਾਣਕਾਰੀ ਦਿੱਤੀ ਐਸਡੀਐਮ ਸਾਹਿਬ ਨੇ ਤੇ ਸਾਰਿਆਂ ਨੂੰ ਇਹਨਾਂ ਦੀ ਹਦਾਇਤਾਂ ਦੀ ਪਾਲਣ ਕਰਨੀ ਚਾਹੀਦੀ ਹੈ ਜਿਵੇਂ ਜਿਵੇਂ ਕਰੋਨਾ ਦੀ ਮਹਾਂਮਾਰੀ ਵੱਧ ਰਹੀ ਹੈ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਆਰੀਆਂ ਨੇ ਉਹਨਾਂ ਹਦਾਇਤਾਂ ਦੇ ਅਮਲ ਕੀਤਾ ਜਾਵੇ ਤੇ ਜਿਹੜਾ ਰਸ਼ ਨਾ ਕੀਤਾ ਜਾਵੇ ਤਾਂ ਕਿ ਸਾਨੂੰ ਇਸ ਵਿਵਾਰਤ ਤੋਂ ਜਿਹੜੀ ਰਾਹਤ ਮਿਲ ਸਕੇ